ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਈ ਗਈ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰਦੁਆਰਾ ਮੰਜੀ ਹਾਲ ਦੀਵਾਨ ਹਾਲ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਉਪਰੰਤ ਹਜ਼ੂਰੀ ਰਾਗੀ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ 'ਤੇ ਉਹਨਾਂ ਵੱਲੋਂ ਸਥਾਪਿਤ ਕੀਤੇ ਗਏ ਸਿੱਖ ਰਾਜ ਬਾਰੇ ਚਾਨਣਾ ਪਾਇਆ ਗਿਆ। ਸਿੱਖ ਆਗੂਆਂ ਨੇ ਦੱਸਿਆ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਸੀ, ਹਰ ਕੋਈ ਧਾਰਮਿਕ ਆਜ਼ਾਦੀ ਦਾ ਨਿਗਮਣਦਾ ਸੀ। ਇਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰਮਤਿ ਦੇ ਸਿਧਾਂਤ ਅਨੁਸਾਰ ਉਹ ਰਾਜ ਕਾਇਮ ਕੀਤਾ ਜਿਸ ਰਾਜ ਦੇ ਵਿੱਚ ਕੋਈ ਭੁੱਖਾ ਨਹੀਂ ਸੁੱਤਾ, ਜਿਸ ਰਾਜ ਦੇ ਵਿੱਚ ਲੋਕ ਇਹ ਵੀ ਕਹਿੰਦੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਪਾਰਸ ਆ, ਜੇ ਉਹਦੇ ਨਾਲ ਤਵਾ ਲਾ ਦਿਆਂਗੇ ਤਾਂ ਮਾਤਾ ਨੇ ਕਿਹਾ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਲੱਗਣ ਨਾਲ ਸੋਨਾ ਹੋ ਜੂਗਾ, ਪਰ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਸੋਨੇ ਦੇ ਬਰਾਬਰ ਦੇਤਾ। ਉਹ ਰਾਜ ਆ, ਉਹ ਸੁਨੇਹਾ ਇਹ ਆ ਵੀ ਜੇ ਮੇਰੇ ਕੋਲ ਤੁਹਾਡੇ ਕੋਲ ਕਿਸੇ ਕੋਲ ਸਮਰੱਥਾ ਅਤੇ ਕੋਈ ਭੁੱਖਾ ਨਾ ਸਮੇਂ, ਮਹਾਰਾਜਾ ਰਣਜੀਤ ਸਿੰਘ ਨੇ ਆਪ ਉਸ ਬਜ਼ੁਰਗ ਦੇ ਘਰ ਜਾ ਕੇ ਜਿਹੜਾ ਅੰਨ ਦੀ ਪੰਡ ਲੈ ਕੇ ਗਏ ਸਨ ਅਤੇ ਉਹਨਾਂ ਨੂੰ ਕਿਹਾ ਨਾ ਹੈ ਰਣਜੀਤ ਮੇਰਾ, ਮੈਂ ਪਰਜਾ ਦਾ ਕੂਕਰ ਹਾਂ, ਪਰ ਪਿਆਰਾ ਬਾਬਾ ਜੀ ਕਾਬਲ ਦੀਆਂ ਕੰਧਾਂ ਤੱਕ ਮੈਂ ਪਾਉਂਦਾ ਕੂਕਰ ਹਾਂ। ਇਹ ਜਿਹੜੀ ਆ ਜੇ ਤੁਹਾਡੀ ਤਾਕਤ ਆ ਉਹ ਦੁਸ਼ਮਣ ਵਾਸਤੇ ਹੋਣੀ ਚਾਹੀਦੀ ਆ, ਅਤੇ ਜੇ ਤੁਹਾਡੇ ਕੋਲ ਕੋਈ ਚੀਜ਼ ਹੈਗੀ ਆ ਤਾਂ ਸਾਰਿਆਂ ਲਈ ਸਾਂਝੀ ਹੋਣੀ ਚਾਹੀਦੀ। ਮੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਾਲਾਨਾ ਬਰਸੀ ਬੜੀ ਸ਼ਰਧਾ ਅਤੇ ਭਾਵਨਾ ਸਹਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਅਤੇ ਭਾਵਨਾ ਸਹਿਤ ਮਨਾਈ ਗਈ ਹੈ। ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਸੰਪੂਰਨ ਭੋਗ ਪਏ ਨੇ। ਉਪਰੰਤ ਭਾਈ ਰਾਏ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਿਨ੍ਹਾਂ ਨੇ ਕੀਰਤਨ ਦੀ ਹਾਜ਼ਰੀ ਭਰੀ ਹੈ। ਭਾਈ ਪ੍ਰੇਮ ਸਿੰਘ ਜੀ ਹਰਿਮੰਦਰ ਸਾਹਿਬ ਦੇ ਜੋ ਅਰਦਾਸੀ ਨੇ ਉਹਨਾਂ ਨੇ ਅਰਦਾਸ ਦੀ ਸੇਵਾ ਨਿਭਾਈ ਹੈ। ਸੋ ਇਸ ਸਮਾਗਮ ਦੇ ਵਿੱਚ ਸਮੁੱਚਾ ਸਟਾਫ, ਸਮੁੱਚੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀ ਉਮਰ ਤਕਰੀਬਨ 59 ਵਰੇ ਹੋਈ ਹੈ, ਅੱਧੀ ਸਦੀ ਉਹਨਾਂ ਨੇ ਜੋ 50 ਸਾਲ ਦੇ ਵਿੱਚ ਸਿੱਖ ਰਾਜ ਨੂੰ ਕਾਇਮ ਕੀਤਾ, ਅਫਗਾਨਿਸਤਾਨ ਤੋਂ ਲੈ ਕੇ ਤਿੱਬਤ ਤੱਕ ਖਾਲਸਾ ਰਾਜ ਦੇ ਨਿਸ਼ਾਨ ਝੁਲਾਏ ਸਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੇ ਰਾਜ ਦੇ ਵਿੱਚ ਕੋਈ ਵਿਤਕਰਾ ਨਹੀਂ ਸੀ, ਜਿੰਨੀਆਂ ਜਗੀਰਾਂ ਉਹਨਾਂ ਨੇ ਗੁਰੂ ਘਰ ਦੇ ਨਾਮ ਲਾਈਆਂ, ਉਨੀਆਂ ਜਗੀਰਾਂ ਮੰਦਰਾਂ ਦੇ ਨਾਮ ਅਤੇ ਮਸੀਤਾਂ ਵੀ ਆਬਾਦ ਕੀਤੀਆਂ ਗਈਆਂ। ਸੱਚਮੁੱਚ ਉਹ ਮਹਾਰਾਜਾ ਜਿਸ ਨੂੰ ਮਹਾਰਾਜੇ ਦੇ ਖਿਤਾਬ ਮਿਲਣ 'ਤੇ ਜੇ ਗੁਰੂ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਅਤੇ ਮੰਦਰਾਂ ਦੇ ਵਿੱਚ ਵੀ ਅਰਦਾਸਾਂ ਹੋਈਆਂ, ਅਤੇ ਉਹ ਪਹਿਲਾ ਸਮਾਂ ਸੀ ਕਿ ਮਸੀਤਾਂ ਦੇ ਵਿੱਚ ਵੀ ਮੌਲਵੀਆਂ ਵੱਲੋਂ ਦੁਆ ਕੀਤੀ ਗਈ, ਯਾ ਖੁਦਾ ਰਣਜੀਤ ਸਿੰਘ ਦੀ ਲੰਮੀ ਆਯੂ ਕਰਨੀ, ਇਸ ਦੇ ਰਾਜ ਦੇ ਵਿੱਚ ਅਸੀਂ ਆਜ਼ਾਦੀ ਦਾ ਨਿੱਘ ਮਾਣ ਸਕੀਏ। ਉਹਨਾਂ ਦੀ ਸਾਲਾਨਾ ਬਰਸੀ ਇਸ ਸਥਾਨ 'ਤੇ ਬੜੀ ਸ਼ਰਧਾ ਅਤੇ ਭਾਵਨਾ ਸਹਿਤ ਮਨਾਈ ਗਈ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਪਾਕਿਸਤਾਨ ਲਾਹੌਰ ਵਿਖੇ ਮੁੱਖ ਸਮਾਗਮ ਹੁੰਦੇ ਨੇ ਅਤੇ ਹਰ ਵਾਰ ਭਾਰਤ ਤੋਂ ਸਿੱਖ ਜੱਥਾ ਉਹਨਾਂ ਸਮਾਗਮਾਂ 'ਚ ਸ਼ਿਰਕਤ ਕਰਨ ਲਈ ਪਹੁੰਚਦਾ, ਪਰ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੰਗਤਾਂ ਪਾਕਿਸਤਾਨ ਨਹੀਂ ਜਾ ਸਕੀਆਂ। ਅੰਮ੍ਰਿਤਸਰ ਤੋਂ ਸੁਮਿਤ ਖੰਨਾ, ਜਗਬਾਣੀ ਟੀਵੀ।